ਕੈਪਟਨ ਸਰਕਾਰ ਦੀ ਬੇਰੁਖੀ ਦਾ ਖਾਮਿਆਜ਼ਾ ਪਾਵਰ ਕੌਮ ਨੂੰ ਭੁਗਤਣਾ ਪੈ ਰਿਹਾ। ਸਬਸਿਡੀ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਪਾਵਰ ਕੌਮ ਦੀ ਬੱਤੀ ਗੁੱਲ ਹੁੰਦੀ ਜਾ ਰਹੀ ਹੈ। ਕਰੋੜਾਂ ਰੁਪਏ ਦੀ ਰਾਸ਼ੀ ਹਾਲੇ ਵੀ ਪੰਜਾਬ ਸਰਕਾਰ ਵੱਲ ਲੈਣੀ ਬਣਦੀ ਹੈ, ਜੋ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਅਦਾ ਨਹੀਂ ਕੀਤੀ ਗਈ। ਜੇਕਰ ਪਾਵਰ ਕੌਮ ਦੇ ਦਾਅਵਿਆਂ ਤੇ ਯਕੀਨ ਕੀਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ਪਾਵਰ ਕੌਮ ਨੇ ਹਾਲੇ ਵੀ 5779 ਕਰੋੜ ਰੁਪਏ ਸਬਸਿਡੀ ਦੇ ਬਕਾਇਆ ਰੂਪ ਵਿੱਚ ਪੰਜਾਬ ਸਰਕਾਰ ਤੋਂ 31 ਮਾਰਚ 2020 ਤੱਕ ਲੈਣੇ ਨੇ। ਕੈਪਟਨ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਕਈ ਵਾਰ ਬਿਜਲੀ ਦਰਾਂ ਵਧਾ ਕੇ ਆਮ ਖਪਤਕਾਰਾਂ ਤੇ ਵਾਧੂ ਬੋਝ ਪਾਇਆ, ਪਰ ਪਾਵਰ ਕੌਮ ਦੀ ਹਾਲਤ ਫਿਰ ਵੀ ਨਾ ਸੁਧਰੀ। ਜੇਕਰ ਪਾਵਰ ਕੌਮ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦੀ ਗੱਲ ਕਰੀਏ ਤਾਂ ਪਾਵਰ ਕੌਮ 36.27 ਲੱਖ ਖਪਤਕਾਰਾਂ ਨੂੰ ਸਿੱਧੀ ਸਬਸਿਡੀ ਦੇ ਰਿਹਾ। 2020-2021 ਦੌਰਾਨ 10,621 ਕਰੋੜ ਰੁਪਏ ਦੀ ਸਬਸਿਡੀ ਦਿੱਤੀ। 7,180 ਕਰੋੜ ਰੁਪਏ ਦੀ ਸਬਸਿਡੀ 13.87 ਲੱਖ ਖੇਤੀਬਾੜੀ ਖਪਤਕਾਰਾਂ ਲਈ ਦਿੱਤੀ ਗਈ। 1,513 ਕਰੋੜ ਰੁਪਏ ਦੀ ਸਬਸਿਡੀ 21 ਲੱਖ SC BPL BC ਘਰੇਲੂ ਖਪਤਕਾਰਾਂ ਨੂੰ ਦਿੱਤੀ ਗਈ। 1 ਕਿਲੋਵਾਟ ਤੋਂ ਘੱਟ ਲੋਡ ਵਾਲਿਆਂ ਨੂੰ 200 ਯੂਨਿਟ ਪ੍ਰਤੀ ਮਹੀਨਾ ਮੁਆਫੀ ਤਹਿਤ ਸਬਸਿਡੀ ਦਿੱਤੀ ਗਈ। ਆਜ਼ਾਦੀ ਘੁਲਾਟਿਆਂ ਦੇ ਲਈ 300 ਯੂਨਿਟ ਪ੍ਰਤੀ ਮਹੀਨੇ ਦੇ ਰੂਪ ਵਿੱਚ ਸਬਸਿਡੀ ਦਿੱਤੀ ਗਈ। ਸਾਲ 2020-2021 ਦੌਰਾਨ ਸਰਕਾਰ ਨੇ ਪਾਵਰ ਕੌਮ ਦੀ ਉਦੈ ਸਕੀਮ ਤਹਿਤ 579 ਕਰੋੜ ਰੁਪਏ ਬਤੌਰ ਲੌਸ ਫੰਡਿੰਗ ਤਹਿਤ ਦਿੱਤੇ ਗਏ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਧਾਨ ਸਭਾ ਵਿੱਚ ਦਾਅਵਾ ਕਰਦੇ ਨੇ ਕਿ ਪੰਜਾਬ ਸਰਕਾਰ ਨੇ ਸਾਰੀ ਬਕਾਇਆ ਰਾਸ਼ੀ ਅਦਾ ਕਰ ਦਿੱਤੀ ਹੈ, ਪਰ ਇਸ ਦੇ ਉਲਟ ਪਾਵਰ ਕੌਮ ਦੇ ਜੋ ਦਾਅਵੇ ਨੇ ਉਹ ਸਾਫ਼ ਕਰਦੇ ਨੇ ਕਿ ਪਾਵਰ ਕੌਮ ਦੀ ਵਿੱਤੀ ਹਾਲਤ ਖਾਸੀ ਪਤਲੀ ਹੋ ਚੁੱਕੀ ਹੈ। ਪਰ ਦੂਜੇ ਪਾਸੇ ਪੰਜਾਬ ਸਰਕਾਰ ਸਿਰਫ ਗੱਲੀਬਾਤੀ ਦਾਅਵੇ ਜਤਾ ਕੇ ਸਭ ਕੁਸ਼ਲ ਮੰਗਲ ਹੋਣ ਦਾ ਦਮ ਭਰ ਰਹੀ ਹੈ। ਬਿਊਰੋ ਰਿਪੋਰਟ, PTC ਨਿਊਜ਼।